ਉਹਨਾਂ ਦੇ ਅੰਦਰ ਵੜਨ ਦੀ ਦੇਰ ਹੀ ਸੀ ਅਸੀਂ ਪਿੱਛੋਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਉਣੇ ਸ਼ੁਰੂ ਕਰਤੇ ਅੱਛਾ ਜੀ ਪੰਜੇ ਸਿੰਘਾਂ ਨੇ ਪੰਜੇ ਸਿੰਘਾਂ ਨੇ ਟਾਈਮ ਬੰਬ ਦਿਖਾਇਆ ਪੈਟਰੋਲ ਬੰਬ ਦਿਖਾਇਆ ਵੀ ਜਿਹੜਾ ਕੋਈ ਬੋਲਿਆ ਉੱਥੇ ਚੀਚਹਾੜਾ ਪਾ ਤਿਆ ਉਹਨਾਂ ਨੇ ਹੁਣ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਸ਼ਾਂਤ ਕੀਤਾ ਉਹਨਾਂ ਨੂੰ ਭਰੋਸਾ ਦਵਾਇਆ ਵੀ ਸਵਾਰੀਆਂ ਨੂੰ ਕੁਛ ਨਹੀਂ ਆਪਣਾ ਕੀਤਾ ਜਾਏਗਾ ਇਹ ਸਾਡਾ ਰੋਸ ਹੈ ਜਿਹੜਾ ਇਹ ਇੰਡੀਅਨ ਗੌਰਮੈਂਟ ਦੇ ਖਿਲਾਫ ਹੈ ਏਜ ਮੇਰੀ ਉਦੋਂ 20 ਸਾਲ ਦੀ ਸੀ ਕੁਰਬਾਨੀਆਂ ਲਾਜ਼ਮ ਨੇ ਕਿਸੇ ਕੌਮ ਦੇ ਜੀਵਨ ਲਈ ਮੁਰਦਾਰ ਕੌਮਾਂ ਦੇ ਕਦੇ ਇਤਿਹਾਸ ਨਹੀਂ ਪੜ੍ਹਦੇ ਅਸੀਂ ਉਹਨੂੰ ਕਿਹਾ ਵੀ ਚੱਲ ਪਾਕਿਸਤਾਨ ਲੈ ਚੱਲ ਪਹਿਲਾਂ ਦਰਬਾਰ ਸਾਹਿਬ ਦੇ ਉੱਪਰ ਦੋ ਤਿੰਨ ਚੱਕਰ ਕਟਾਏ ਮੈਂ ਦੇਖੋ ਤੁਹਾਡੀ ਇੰਡੀਅਨ ਗੌਰਮੈਂਟ ਨੇ ਦਰਬਾਰ ਸਾਹਿਬ ਦਾ ਕੀ ਹਾਲ ਕੀਤਾ ਸਾਨੂੰ ਅੱਛਾ ਉਹਨਾਂ ਨੂੰ ਦਿਖਾਇਆ ਗਿਆ ਜਿਹੜੇ ਯਾਤਰੀਆਂ ਨੂੰ ਦਿਖਾਇਆ ਗਿਆ ਹਾਂਜੀ ਬਿਲਕੁਲ ਦੁਬਈ ਉੱਪਰ ਅਸੀਂ ਚੱਕਰ ਲਗਾਉਂਦੇ ਰਹੇ ਏਅਰ ਟਾਵਰ 'ਤੇ ਉਹਨਾਂ ਨੇ ਸਾਰੀਆਂ ਨੀਚੇ ਬੱਤੀਆਂ ਬੰਦ ਕਰਤੀਆਂ ਰਾਤ ਦਾ ਸਮਾਂ ਸੀ ਹਾਂ ਰਾਤ ਦਾ ਸਮਾਂ ਸੀ ਉਤਰਨ ਨਹੀਂ ਸੀ ਦੇ ਰਹੇ ਫਿਊਲ ਰਹਿ ਗਿਆ ਸੀ ਮੇਰੇ ਖਿਆਲ ਅੱਧੇ ਘੰਟੇ ਦਾ ਬਾਕੀ ਸਾਡੇ ਲੀਡਰ ਨੇ ਧਮਕੀ ਦਿੱਤੀ ਵੀ ਜੇ ਨਹੀਂ ਉਤਰਨ ਦਿੱਤਾ ਜਾਏਗਾ ਤਾਂ ਤੁਹਾਡੇ ਟਾਵਰ 'ਤੇ ਅਸੀਂ ਜਹਾਜ਼ ਮਾਰਾਂਗੇ ਅਤੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਉਤਰਨ ਦੀ ਇਜਾਜ਼ਤ ਦਿੱਤੀ ਕੈਮਰਾ ਸੀ ਉਹਦੇ ਅੰਦਰ ਡਿਜੀਟਲ ਵਾਚ 'ਚ ਫਿਸ਼ ਫਿੱਟ ਕਰਕੇ ਉਹਨੂੰ ਐਜ਼ ਏ ਟਾਈਮ ਬੰਬ ਅਸੀਂ ਬਣਾਇਆ ਇੱਕ ਖਾਂਸੀ ਦੀ ਸ਼ੀਸ਼ੀ ਲੈ ਕੇ ਉਹਦੇ ਅੰਦਰ ਤਸਮੇ ਨੂੰ ਉੱਪਰ ਐਜ਼ ਏ ਬੱਤੀ ਬਣਾ ਕੇ ਆਸੇ ਪਾਸੇ ਉਹਨਾਂ ਨੂੰ ਅਖਬਾਰਾਂ ਲਪੇਟ ਕੇ ਐਜ਼ ਏ ਪੈਟਰੋਲ ਬੰਬ ਬਣਾਇਆ ਗੱਲਬਾਤ ਵਿੱਚ ਉਹਨਾਂ ਨੇ ਇਹ ਮੰਨੇ ਆ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਅਸੀਂ ਮੰਨ ਲਵਾਂਗੇ ਦਰਬਾਰ ਸਾਹਿਬ ਤੋਂ ਫੌਜ ਬਾਹਰ ਕੱਢਣ ਦੀ ਸਾਡੀ ਮੰਗ ਸੀ ਇੱਛਾ ਵੀ ਕੋਈ ਨਹੀਂ ਸਾਨੂੰ ਕੋਈ ਨਹੀਂ ਕਿਤੇ ਨਾ ਸੀ ਕੋਈ ਗੱਲ ਅਸੀਂ ਕੌਮੀ ਦਰਦ ਲੈ ਕੇ ਤੁਰੇ ਸੀ ਉਹਦੇ 'ਚ ਅਸੀਂ ਚਲੋ ਜਿੰਨਾ ਕੁ ਸਫਲ ਹੋਏ ਹਾਂ ਰਹਿੰਦਾ ਜ਼ਰੂਰ ਹੈ ਕਿ ਇਸ ਕੌਮ ਨੂੰ ਇੰਨਾ ਸਾਡੇ ਵਰਗੇ ਯੋਧਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਨੌਜਵਾਨੀ ਦਾ ਰੋਹ ਜੂਨ 1984 ਤੋਂ ਬਾਅਦ ਆਪਣੀ ਹੀ ਹਕੂਮਤ ਦੇ ਖਿਲਾਫ ਸਿਰ ਚੜ੍ਹ ਕੇ ਬੋਲਣ ਲੱਗ ਜਾਂਦਾ ਅਤੇ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਕੀਤੇ ਗਏ ਹਮਲੇ ਦੇ ਰੋਸ ਦੇ ਵਿੱਚੋਂ ਸਿੱਖ ਨੌਜਵਾਨੀ ਗੁੱਸੇ ਦੇ ਵਿੱਚ ਆਉਂਦੀ ਆ ਅਤੇ ਆਪਣੀ ਹੀ ਸਰਕਾਰ ਦੇ ਖਿਲਾਫ ਜੰਗ ਦਾ ਐਲਾਨ ਉਹਨਾਂ ਨੌਜਵਾਨਾਂ ਦੇ ਵੱਲੋਂ ਕਰ ਦਿੱਤਾ ਜਾਂਦਾ ਹਥਿਆਰਬੰਦ ਸੰਘਰਸ਼ ਲੰਮਾ ਸਮਾਂ ਪੰਜਾਬ ਦੇ ਵਿੱਚ ਚੱਲਦਾ ਹੈ ਜਿਸ ਦੇ ਵਿੱਚ ਹਜ਼ਾਰਾਂ ਖਾੜਕੂ ਨੌਜਵਾਨ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਕੁਝ ਨੌਜਵਾਨ ਅਜਿਹੇ ਹੁੰਦੇ ਨੇ ਜਿਹੜਾ ਆਪਣਾ ਵਿਰੋਧ ਸਰਕਾਰ ਦੇ ਤੱਕ ਪਹੁੰਚਾਉਣ ਦੇ ਲਈ ਵੱਖ ਵੱਖ ਕਿਸਮ ਦੇ ਉਪਰਾਲੇ ਕਰਦੇ ਨੇ ਅਤੇ ਰੋਸ ਪ੍ਰਦਰਸ਼ਨ ਕਰਨ ਦੇ ਵੱਖ ਵੱਖ ਤਰੀਕੇ ਉਹਨਾਂ ਦੇ ਵੱਲੋਂ ਅਪਣਾਏ ਜਾਂਦੇ ਨੇ ਜੂਨ 1984 ਦੇ ਹਮਲੇ ਤੋਂ ਬਾਅਦ ਇੱਕ ਜਹਾਜ਼ ਹਾਈਜੈਕ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੌਜਵਾਨਾਂ ਦੇ ਵੱਲੋਂ ਭਾਰਤ ਸਰਕਾਰ ਦੇ ਨਾਲ ਕੁਝ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਉਹਨਾਂ ਨੌਜਵਾਨਾਂ ਨੂੰ ਲੰਮੀਆਂ ਜੇਲ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਹਾਈਜੈਕਰਸ ਦੇ ਵਿੱਚੋਂ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਭਾਈ ਤਜਿੰਦਰ ਸਿੰਘ ਜੀ ਖਾਲਸਾ ਹਾਈਜੈਕਰ ਜਿਹੜੇ ਉਸ ਟੀਮ ਦਾ ਇੱਕ ਹਿੱਸਾ ਸੀ ਜਿਨ੍ਹਾਂ ਦੇ ਵੱਲੋਂ 1984 ਦੇ ਦੌਰ ਨੂੰ ਮੁੱਖ ਰੱਖਦੇ ਹੋਏ ਆਪਣਾ ਰੋਸ ਜ਼ਾਹਿਰ ਕਰਨ ਦੇ ਲਈ ਜਹਾਜ਼ ਹਾਈਜੈਕ ਕੀਤਾ ਗਿਆ ਗੱਲਾਂ ਬਾਤਾਂ ਉਸੇ ਮੁੱਦੇ ਨੂੰ ਲੈ ਕੇ ਕਰਾਂਗੇ ਉਸੇ ਹਾਈਜੈਕਿੰਗ ਨੂੰ ਲੈ ਕੇ ਕਰਾਂਗੇ ਕਿ ਆਖਰ ਇਹ ਸਾਰੀ ਐਡੀ ਵੱਡੀ ਪਲੈਨਿੰਗ ਇੱਕ ਨੌਜਵਾਨਾਂ ਦੇ ਵੱਲੋਂ ਬਣਾਈ ਕਿੱਦਾਂ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਆਪਣੇ ਹੀ ਦੇਸ਼ ਦਾ ਜਹਾਜ਼ ਆਪਣੇ ਹੀ ਦੇਸ਼ ਦੇ ਨੌਜਵਾਨਾਂ ਦੇ ਵੱਲੋਂ ਹਾਈਜੈਕ ਕਰ ਲਿਆ ਜਾਂਦਾ ਕਿਉਂ ਜਦੋਂ ਆਪਣੇ ਹੀ ਦੇਸ਼ ਦੇ ਹੁਕਮਰਾਨ ਫੌਜਾਂ ਚਾੜ ਕੇ ਆਪਣੇ ਹੀ ਦੇਸ਼ ਦੇ ਲੋਕਾਂ 'ਤੇ ਉਹਨਾਂ ਦੇ ਮੁਕੱਦਸ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਲਈ ਉਤਾਵਲੀਆਂ ਹੋਣ ਤਾਂ ਅਜਿਹੇ ਕਦਮ ਚੁੱਕਣੇ ਲਾਜ਼ਮੀ ਹੈ ਰੋਸ ਵਜੋਂ ਜੋ ਇਹ ਕੀਤਾ ਹੋਇਆ ਸੀ ਉਹ ਇਸ ਹਕੂਮਰਾਨਾਂ ਦੁਆਰਾ ਇਹ ਕੀਤੀ ਗਈ ਕਾਰਵਾਈ ਦਾ ਬਦਲਾ ਲੈਣ ਲਈ ਸੀ ਅਤੇ ਕਦੋਂ ਜਹਾਜ਼ ਦੀ ਪਲੈਨਿੰਗ ਕਿਸ ਤਰ੍ਹਾਂ ਦੇ ਨਾਲ ਬਣਦੀ ਹੈ ਕਿਹੜੇ ਕਿਹੜੇ ਸਿੰਘ ਜਿਹੜੇ ਨੇ ਉਸ ਪਲੈਨਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਤੁਸੀਂ ਕਿਸ ਤਰ੍ਹਾਂ ਸ਼ਾਮਲ ਹੋ ਜਾਂਦੇ ਹੋ ਉਸ ਪਲੈਨਿੰਗ ਦੇ ਵਿੱਚ ਭਾਈ ਕਮਲਜੀਤ ਸਿੰਘ ਸੰਧੂ ਜੋ ਸਾਡੇ ਜਥੇਬੰਦੀ ਦੇ ਆਗੂ ਰਹੇ ਉਹਨਾਂ ਦੁਆਰਾ ਸਾਡੇ ਨਾਲ ਕੰਟੈਕਟ ਕੀਤਾ ਗਿਆ ਉਹਨਾਂ ਦੀ ਪ੍ਰੇਰਣਾ ਸਦਕਾ ਮੈਂ ਇਸ ਕਾਰਵਾਈ ਵਿੱਚ ਸ਼ਾਮਲ ਹੋਇਆ ਅਤੇ ਹੋਰ ਸਾਡੇ ਕੁੱਲ ਅਸੀਂ 7 ਸਿੰਘ ਸੀਗੇ ਅਤੇ ਇਹਨਾਂ ਦੁਆਰਾ ਅਸੀਂ ਕਾਰਵਾਈ ਕੀਤੀ ਗਈ
ਕਿਹੜੀ ਜਥੇਬੰਦੀ ਦੇ ਨਾਲ ਸ਼ਮੂਲੀਅਤ ਹੁੰਦੀ ਆ? ਭਾਈ ਕਮਲਜੀਤ ਸਿੰਘ ਸੰਧੂ ਉਹਨਾਂ ਦੀ ਤੁਸੀਂ ਗੱਲ ਕੀਤੀ ਕਿ ਸਾਡੇ ਕਮਾਂਡਰ ਉਹ ਸੀ, ਕਿਹੜੀ ਜਥੇਬੰਦੀ ਸੀ ਭਾਈ ਕਮਲਜੀਤ ਸਿੰਘ ਸੰਧੂ ਉਹਨਾਂ ਦੀ? ਜਥੇਬੰਦੀਆਂ ਉਸ ਵੇਲੇ ਕੋਈ ਨਹੀਂ ਸੀ, ਸਿਰਫ ਸਿੱਖ ਸਟੂਡੈਂਟ ਫੈਡਰੇਸ਼ਨ ਸੀ। ਭਾਈ ਕਮਲਜੀਤ ਸਿੰਘ ਸੰਧੂ ਉਹਨਾਂ ਦੇ ਮੈਂਬਰ ਰਹੇ, ਸਾਡੀ ਕਿਸੇ ਜਥੇਬੰਦੀ ਨਾਲ ਕੋਈ ਲਿੰਕ ਨਹੀਂ ਸੀ, ਸਿਰਫ ਉਹਨਾਂ ਦਾ ਹੀ ਲਿੰਕ ਸੀ। ਕਿਹੜੀ ਡੇਟ ਨੂੰ ਅਗਵਾ ਕੀਤਾ ਜਾਂਦਾ ਹੈ ਜਹਾਜ਼ ਨੂੰ, ਕਿਹੜਾ ਮਹੀਨਾ ਹੁੰਦਾ? ਇਹ ਉਸ ਬਾਗਾ ਦਿਨ 24 ਅਗਸਤ 1984 ਦਾ ਦਿਨ ਸੀ ਜਿਸ ਦਿਨ ਸਾਡੀ ਕਾਰਵਾਈ ਕੀਤੀ ਗਈ ਹੈ। ਸਾਡੇ ਦੇਖੋ ਜੂਨ ਦੇ ਵਿੱਚ ਅਟੈਕ ਅਕਾਲ ਤਖਤ ਸਾਹਿਬ ਦੇ ਉੱਪਰ ਹੋ ਜਾਂਦਾ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਜਿਹੜੀ ਆ ਹੋ ਜਾਂਦੀ ਆ। 24 ਅਗਸਤ ਤੁਸੀਂ ਉਹ ਇਤਿਹਾਸਕ ਦਿਨ ਕਹਿੰਦੇ ਹੋ ਜਦੋਂ ਸਿੰਘਾਂ ਦੇ ਵੱਲੋਂ ਜਹਾਜ਼ ਹਾਈਜੈਕ ਕਰ ਲਿਆ ਜਾਂਦਾ। ਇੰਨੇ ਘੱਟ ਸਮੇਂ ਦੇ ਵਿੱਚ, 1.5-2 ਮਹੀਨੇ ਦੇ ਸਮੇਂ ਦੇ ਵਿੱਚ ਐਡੀ ਵੱਡੀ ਪਲੈਨਿੰਗ ਬਣਾ ਲੈਣੀ ਕਿਵੇਂ ਸੰਭਵ ਹੋਈ? ਦੇਖੋ ਜੇ ਕੁਛ ਕਰਨ ਦਾ ਤੁਹਾਡੇ ਮਨ 'ਚ ਇਰਾਦਾ ਹੈ ਤਾਂ ਪਲਾਨਿੰਗ ਦਾ ਕਹੀਏ, ਪਲਾਨਿੰਗ ਤਾਂ 2-4 ਦਿਨਾਂ 'ਚ ਵੀ ਤਿਆਰ ਹੋ ਜਾਂਦੀ। ਅਤੇ ਮਤਲਬ ਇਹ ਹੈ ਕਿ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਸਿੱਖੀ ਪ੍ਰਤੀ। ਤਾਂ ਉਸ ਸਿੱਖੀ ਦੇ ਜਜ਼ਬੇ ਨੂੰ ਲੈ ਕੇ ਅਸੀਂ ਇਹ ਸਾਰੀ ਪਲਾਨਿੰਗ ਕਰਕੇ ਇਹ ਕਾਰਵਾਈ ਕੀਤੀ। ਕਿਹੜੀ ਏਅਰਲਾਈਨਸ ਦਾ ਜਹਾਜ਼ ਸੀ? ਇੰਡੀਅਨ ਏਅਰਲਾਈਨਸ ਦਾ, ਇੰਡੀਅਨ ਜੀ ਜੀ, ਬੋਇੰਗ 737। ਅੱਛਾ ਜੀ। ਅਤੇ ਕਿਹੜੇ ਏਅਰਪੋਰਟ ਤੋਂ ਅਗਵਾ ਕੀਤਾ ਗਿਆ, ਕਿਸ ਤਰ੍ਹਾਂ ਦੇ ਨਾਲ ਹਥਿਆਰਾਂ ਸਮੇਤ ਐਂਟਰ ਹੋਏ ਏਅਰਪੋਰਟ ਦੇ ਵਿੱਚ? ਕਿਉਂਕਿ ਸਿਕਿਉਰਿਟੀ ਨੂੰ ਟੱਪਣਾ ਹਥਿਆਰਾਂ ਦੇ ਨਾਲ ਬੜਾ ਮੁਸ਼ਕਲ ਹੋ ਜਾਂਦਾ। ਨਹੀਂ, ਹਥਿਆਰ ਤਾਂ ਸਾਡੇ ਕੋਲ ਉਸ ਵੇਲੇ ਕੋਈ ਵੀ ਨਹੀਂ ਸੀ। ਅੱਛਾ ਜੀ। ਚੰਡੀਗੜ੍ਹ ਏਅਰਪੋਰਟ ਤੋਂ ਇਹ ਜਹਾਜ਼ ਅਗਵਾ ਹੋਇਆ, ਸਿਰਫ ਇੱਕ ਆਪਣੇ ਕੋਲ ਕੈਮਰਾ ਸੀ, ਉਹਦੇ ਅੰਦਰ ਡਿਜੀਟਲ ਵਾਚ ਫਿਸ਼ ਫਿੱਟ ਕਰਕੇ ਉਹਨੂੰ ਐਜ਼ ਏ ਟਾਈਮ ਬੰਬ ਅਸੀਂ ਬਣਾਇਆ। ਅੱਛਾ ਜੀ। ਇੱਕ ਖਾਂਸੀ ਦੀ ਸ਼ੀਸ਼ੀ ਲੈ ਕੇ ਉਹਦੇ ਅੰਦਰ ਤਸਮੇ ਨੂੰ ਉੱਪਰ ਐਜ਼ ਏ ਬੱਤੀ ਬਣਾ ਕੇ ਆਸੇ ਪਾਸੇ ਉਹਨਾਂ ਨੂੰ ਅਖਬਾਰਾਂ ਲਪੇਟ ਕੇ ਐਜ਼ ਏ ਪੈਟਰੋਲ ਬੰਬ ਬਣਾਇਆ। ਅੱਛਾ ਜੀ। ਇੱਕ ਆਪਣਾ ਇਹ ਜਿਹੜਾ ਬਾਜ਼ ਹੁੰਦਾ ਸਾਡੇ ਕੋਲ ਦਸਤਾਰ ਨੂੰ ਸਜਾਉਣ ਵਾਲਾ, ਇਹਨੂੰ ਐਜ਼ ਏ ਆਪਾਂ ਜ਼ਹਿਰ ਵਿੱਚ ਲਿਪਟਿਆ ਹੋਇਆ ਕਹਿ ਕੇ ਅਸੀਂ ਵੀ ਇਹਦੇ 'ਚ ਪੋਇਜ਼ਨ ਹੈ, ਇਸ ਇਹਨੂੰ ਦਿਖਾ ਕੇ ਉਹਨਾਂ ਨੂੰ ਡਰਾ ਧਮਕਾ ਕੇ ਕੰਮ ਕੀਤਾ। ਕਿੰਨੇ ਯਾਤਰੀ ਸੀ ਜਹਾਜ਼ ਦੇ ਵਿੱਚ? ਜਹਾਜ਼ ਵਿੱਚ ਤਕਰੀਬਨ 87 ਲੋਕ ਸੀਗੇ ਪੈਸੰਜਰ। ਅੱਛਾ ਜੀ। ਹਾਂਜੀ। ਅਤੇ ਕਿੰਨਾ ਕੁ ਔਖਾ ਰਿਹਾ ਜਦੋਂ ਅੰਦਰ ਗਏ, ਕਿੱਥੇ ਤੁਸੀਂ ਜਾ ਰਹੇ ਸੀ, ਉਹ ਜਹਾਜ਼ ਕਿੱਥੇ ਜਾ ਰਿਹਾ ਸੀ, ਅਤੇ ਕਦੋਂ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਤੁਹਾਨੂੰ ਹਾਈਜੈਕ ਕਰ ਲਿਆ ਗਿਆ, ਜਹਾਜ਼ ਹਾਈਜੈਕ ਕਰ ਲਿਆ? ਜਹਾਜ਼ ਤਾਂ ਜਾ ਰਿਹਾ ਸੀ ਅਤੇ ਚੰਡੀਗੜ੍ਹ ਤੋਂ ਸ਼੍ਰੀਨਗਰ। ਅੱਛਾ ਜੀ। ਹਾਂਜੀ ਹਾਂਜੀ। ਡੋਮੈਸਟਿਕ ਫਲਾਈਟ ਸੀ? ਡੋਮੈਸਟਿਕ ਫਲਾਈਟ ਸੀ। ਅਸੀਂ ਬਸ ਅੱਧੇ ਘੰਟੇ ਬਾਅਦ ਉਸਦੀ ਉਡਾਨ ਤੋਂ ਬਾਅਦ ਹੀ ਇਹਨੂੰ ਅੰਮ੍ਰਿਤਸਰ ਵੱਲ ਮੋੜ ਲਿਆ। ਅੱਛਾ ਜੀ। ਪਾਇਲਟ ਨੂੰ ਕਿਹਾ ਗਿਆ ਕਿ? ਹਾਂ, ਪਾਇਲਟ ਅੱਗੇ ਕੋਕਪਿਟ ਦੇ ਵਿੱਚ ਦੋ ਬੰਦੇ ਅਸੀਂ ਸੀਟਾਂ ਉਸ ਹਿਸਾਬ ਨਾਲ ਰਿਜ਼ਰਵ ਕਰਾਈਆਂ ਹੋਈਆਂ ਸੀ, ਦੋ ਸੀਟਾਂ ਅੱਗੇ, 3 ਸੈਂਟਰ 'ਚ, 2 ਉਸ ਤੋਂ ਬਾਅਦ ਲਾਸਟ 'ਚ। ਜਦੋਂ ਏਅਰ ਹੋਸਟਸ ਅੰਦਰ ਖਾਣਾ ਦੇਣ ਵਾਸਤੇ ਉਹਨਾਂ ਨੂੰ ਗਈ ਹੈ ਅਤੇ ਪਿੱਛੇ ਹੀ ਸਾਡੇ ਦੋ ਅੱਗੇ ਜਿਹੜੇ ਸਿੰਘ ਸੀ ਬਸ ਉਹ ਅੱਗੇ ਕੋਕਪਿਟ ਦੇ ਨਾਲ ਹੀ ਅੰਦਰ ਵੜ ਗਏ। ਕਿਹੜੇ ਕਿਹੜੇ ਸਿੰਘ ਸੀ, ਨਾਮ ਜੇਕਰ ਨਸ਼ਰ? ਭਾਈ ਕਮਲਜੀਤ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਜੀ। ਹਾਂਜੀ। ਅਤੇ ਜਦੋਂ ਹਾਈਜੈਕ ਦੱਸਿਆ ਗਿਆ, ਉੱਥੇ ਯਾਤਰੀਆਂ ਨੂੰ ਦੱਸਿਆ ਗਿਆ ਕਿ ਤੁਸੀਂ ਅੱਤਵਾਦੀ ਕਿਹਾ ਜਾਂਦਾ ਸੀ ਉਸ ਟਾਈਮ, ਅੱਤਵਾਦੀਆਂ ਦੇ ਅੰਡਰ ਆ ਚੁੱਕੇ ਹੋ, ਪਬਲਿਕ ਦਾ ਕੀ ਰਿਐਕਸ਼ਨ ਰਹਿੰਦਾ, ਕਿਸ ਤਰ੍ਹਾਂ ਦਾ ਮਾਹੌਲ ਬਣਦਾ, ਅਤੇ ਉਸ ਮਾਹੌਲ ਨੂੰ ਸ਼ਾਂਤ ਕਰਨ ਦੇ ਲਈ ਕਿੰਨਾ ਕੁ ਮੁਸ਼ਕਲ ਹੁੰਦਾ? ਉਹਨਾਂ ਦੇ ਅੰਦਰ ਬਣਨ ਦੀ ਦੇਰ ਹੀ ਸੀ, ਅਸੀਂ ਪਿੱਛੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰਤੇ। ਅੱਛਾ ਜੀ। ਪੰਜੇ ਸਿੰਘਾਂ ਨੇ ਟਾਈਮ ਬੰਬ ਦਿਖਾਇਆ, ਪੈਟਰੋਲ ਬੰਬ ਦਿਖਾਇਆ, ਵੀ ਜਿਹੜਾ ਕੋਈ ਬੋਲਿਆ ਉੱਥੇ ਚੀਕ ਚਿਹਾੜਾ ਪਾ ਤਿਆ ਉਹਨਾਂ ਨੇ, ਹੁਣ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਸ਼ਾਂਤ ਕੀਤਾ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਵੀ ਸਵਾਰੀਆਂ ਨੂੰ ਕੁਛ ਨਹੀਂ ਆਪਣਾ ਕੀਤਾ ਜਾਏਗਾ, ਇਹ ਸਾਡਾ ਰੋਸ ਹੈ ਜਿਹੜਾ ਇਹ ਇੰਡੀਅਨ ਗੌਰਮੈਂਟ ਦੇ ਖਿਲਾਫ ਹੈ, ਵੀ ਕਿਸੇ ਯਾਤਰੀ ਨੂੰ ਆਪਾਂ ਕੋਈ ਕੁਛ ਨਹੀਂ ਕਹਿਣਾ, ਵੀ ਤੁਸੀਂ ਸਾਡੇ ਨਾਲ ਸਹਿਯੋਗ ਕਰੋ। ਥੋੜ੍ਹਾ ਕੁਛ ਕਹਿਣ ਨਾਲ ਉਹ ਸ਼ਾਂਤ ਹੋ ਗਏ ਥੋੜ੍ਹੇ ਬਹੁਤੇ, ਫਿਰ ਉਹ ਪਾਇਲਟ ਨੂੰ ਕੱਟ ਕੱਟ ਕੇ ਥੋੜ੍ਹਾ ਉਹਨੂੰ ਬਾਹਰ ਬਿਠਾਇਆ, ਉੱਟਿਆ ਗਿਆ ਥੋੜ੍ਹਾ, ਅਤੇ ਉਹ ਬਾਹਰ ਉਹਨੂੰ ਪਗੜੀ ਨਾਲ ਬੰਨ੍ਹ ਦਿੱਤਾ ਗਿਆ ਸੀਟ 'ਤੇ, ਇੱਕ ਪਾਇਲਟ ਹੋਰ ਅੰਦਰ ਰਹਿ ਗਿਆ ਉਹ ਚਲਾ ਰਿਹਾ ਸੀ ਹੁਣ, ਫਿਰ ਅਸੀਂ ਉਹਨੂੰ ਕਿਹਾ ਵੀ ਚੱਲ ਪਾਕਿਸਤਾਨ ਲੈ ਚੱਲ, ਪਹਿਲਾਂ ਦਰਬਾਰ ਸਾਹਿਬ ਦੇ ਉੱਪਰ 2-3 ਚੱਕਰ ਕਟਾਏ, ਦੇਖੋ ਤੁਹਾਡੀ ਇੰਡੀਅਨ ਗੌਰਮੈਂਟ ਨੇ ਦਰਬਾਰ ਸਾਹਿਬ ਦਾ ਕੀ ਹਾਲ ਕੀਤਾ ਸਾਡੇ। ਅੱਛਾ। ਉਹਨਾਂ ਨੂੰ ਦਿਖਾਇਆ ਗਿਆ, ਜਿਹੜੇ ਯਾਤਰੀਆਂ ਨੂੰ ਦਿਖਾਇਆ ਗਿਆ? ਹਾਂਜੀ ਬਿਲਕੁਲ। ਅੱਛਾ। ਉਸ ਤੋਂ ਬਾਅਦ ਯਾਤਰੀਆਂ ਨੇ ਕੁਝ ਕੰਪਰੋਮਾਈਜ਼ ਕੀਤਾ ਹਾਲਾਤ ਦੇਖ ਕੇ? ਉਸ ਤੋਂ ਬਾਅਦ ਠੀਕ ਹੋ ਗਏ ਯਾਤਰੀ, ਆਰਾਮ ਨਾਲ ਬਹਿ ਗਏ, ਉਹਨਾਂ ਨੂੰ ਭਰੋਸਾ ਦਵਾਇਆ ਕਿ ਤੁਹਾਨੂੰ ਕਿਸੇ ਨੂੰ ਕੋਈ ਕੁਛ ਨਹੀਂ ਕਿਹਾ ਜਾਏ। ਉਸ ਤੋਂ ਬਾਅਦ ਫਿਰ
पायलट नूं कहा गया भी लै चल से पाकिस्तान। पहला तो ना नौकर करता पर मन गए कोई नहीं, उन्हें थले गलबात की कंट्रोलर्स फिर रनवे से फिर उतारे गया। उत्थे जिहड़ा एयरपोर्ट है नेड़े पैंदा नहीं नहीं लाहौर नहीं ते पाकिस्तान मेन या बॉर्डर दे नाल ही है। अच्छा हाँ जी हाँ जी। ते उस तो बाद जिहड़े जहाज दे विच क्योंकि बच्चे भी हो सकदा है होणगे, बच्चियां नूं समझाउणा बच्चियां नूं चुप कराउणा क्योंकि कॉन्सनट्रेशन भी लगाउणी है स्थिति भी कंट्रोल दे विच करनी है, कितें मन दे विच आए नहीं यार स्थिति ना कितें आउट ऑफ कंट्रोल हो जाए? नहीं आउट ऑफ कंट्रोल स्थिति तो हो गई सी कंट्रोल विच, इहो जी कोई गल नहीं। बाकी उन्हां नाल असीं सहयोग करते रहे, उन्हां नूं पानी धानी सारा कुछ चाह पानी पुछते रहे, बाद च नॉर्मल स्थिति हो गई सी कोई ऐसी चक्कर। ते एयरपोर्ट ते ले जाके की पाकिस्तान दे विच लैंड कर लिया गया, उस तो बाद पाकिस्तान अथॉरिटीज़ दे नाल गलबात हो गई जां सीधा ही इंडियन अथॉरिटीज़ नूं जिहड़ा कॉन्टैक्ट किया गया? नहीं नहीं पाकिस्तान अथॉरिटी नाल गल होई है, आके उन्होंने सारी फौज ने जहाज घेर लिया सी फौज ने, ते फिर साडी गलबात करते रहे। नीचे साडा लीडर भाई कमलजीत सिंह जी गए उन्होंने नीचे जहाज तो बाहर निकले, भाई कमल बाहर निकल के गलबात की, उन्होंने खाने की बेनती की, फिर उन्होंने खाना सानू सर्व भी किया। हाँ वो कहते सी इत्थे रह जाओ उन्होंने कहा सानू, फिर असी सलाह की भी इत्थे तो सारी आके रुक जाते हैं सानू अगे जाना चाहिए। हाँ जी फिर हाँ जी हाँ फिर उत्थे उन्हें सलाह करके उन्होंने दसता भी अगे जाना सानू खाना दिता जाए, फिर खाना उन्होंने सानू सप्लाई किया, बाकी होर भी मदद की साड़ी। ते पाकिस्तान दे विच ना रुकण दा कारण अपने लीडर नू पुछिया होना भी पाकिस्तान दे विच क्यों नहीं रुकना, जदके कहा जाता कि सिख खाड़कुआं दे लई जां होर संघर्षियां दे लई पाकिस्तान वो कह भी रहे सी तुहानूं कि तुसीं रुक जाओ? ते साडे दिमाग च आई भी इत्थे तो सारे आके रुक जांदे है, हुण इत्थों अगे चलना चाहीदा है, थोड़ा होर हाईलाइट हो जाएगी भी सिख कौम नाल जो इंडस्ट्री इंडियन गवर्नमेंट कर रही है उन्होंने असी दरअसल दुनिया तक पहुँचाना चाहते सी, वो तो उस विच असी कामयाबी होए हैं बहुत। उस तो बाद कित्थे नू चले पाए गए पाकिस्तान दे विच तेल भराए गए, रीफिलिंग की गई, मुड़ के खाना उन्होंने भेजिया, खाने दे नाल सानू असला भी दिता उन्होंने। अच्छा हाँ जी किहड़े किहड़े वैपन सी नशर करना चाहूंगे? वैपन बारे तो मैं नहीं थोड़ा दस सकता, बाकी असला उन्होंने सानू दिता। उस तो बाद फिर असी उड़ान भरी, फिर कराची लै गए, फिर कराची उत्थे लैंडिंग की। अच्छा। हाँ रीफ्यूलिंग लई, फिर कराची उतर के फिर उतों कुछ पैसेंजर भी असी छड़े। अच्छा। हाँ कुछ लेडीज सी कुछ बच्चे सी जिन्हां दी तबीयत खराब हो रही सी उन्होंने छड़िया एज ए ह्यूमैनिटेरियन ग्राउंड से, मुड़ के उतों असी सीधा दुबई नू चले पाए। किन्ने पैसेंजर जिहड़े ने छड़े गए थोड़े वल्लों? मेरे ख्याल तीन चार बच्चे सी, दो लेडीज सी, दो जेंट्स भी सी। हाँ जी। ते उस तो बाद दुबई अथॉरिटीज़ दे तक थोड़े वालों पहुँच की गई किन्ना, क्योंकि दुबई के कानून ने जिहड़े काफ़ी सख्त मन्ने जाते हैं शुरू तो, दुबई गवर्नमेंट नूं मनाउणा लैंडिंग दे लई किन्ना क मुश्किल रहिंदा है, की कुछ किया जाता है? तो पाकिस्तान दे विच रहण दौरान इंडिया नूं इस हाईजैक की खबर हो चुकी सी? हाँ वो तो खबर तो हो चुकी सी, फिर दुबई उपर असीं चक्कर लगाउंदे रहे एयर टावर ते, उन्होंने सारियां नीचे बत्तियां बंद करतियां। अच्छा जी रात का समा सी? हाँ रात का समा सी, उतरन नहीं सी दे रहे, फ्यूल रह गया सी मेरे ख्याल अद्धे घंटे का बाकी। हाँ जी। ते उन्होंने उतरन तो मना करती रनवे ते, ते असी पैसेंजरां नूं कहते आ भई ये गवर्नमेंट है जिहड़ी सानूं उतरन की इजाजत नहीं दे रही, एमरजेंसी जिहड़े डोर है खोल दिते जाणगे, सब अपनियां पेटियां जिहड़ियां पिछे बन लिओ जिहड़ियां समुंदर च जहाज उतारिया जाएगा। उत्थे फिर अंदर चीज खाड़ा पै गया, भगदड़ मच गई, फिर इन्हें नूं नीचे गलबात होई, बत्तियां देखिया जल रही हैं एक दो, फिर असी साढ़े लीडर ने धमकी दिती भी जे नहीं उतरना दिता जाएगा तो थोड़े टावर से असी जहाज मारांगे, तो फिर उन्होंने उस तो बाद उतरन की इजाजत दी, फिर बात उतर के फिर गलबात उत्थे चालू हुई।
ਫਿਰ ਅਸੀਂ ਕਿਸ ਤਰ੍ਹਾਂ ਦਾ ਰਿਸਪੌਂਸ ਰਹਿੰਦਾ ਕਿਉਂਕਿ ਪੈਸੇਂਜਰਸ ਦੀ ਜਾਨ ਵੀ ਇੰਡੀਅਨ ਗਵਰਨਮੈਂਟ ਦੇ ਲਈ ਇੱਕ ਕੀਮਤ ਸੀ ਕਿ ਉਹਨਾਂ ਨੂੰ ਵੀ ਬਚਾਉਣਾ ਹੈ ਹਾਈਜੈਕਰਸ ਨੂੰ ਵੀ ਕਰਨਾ ਹੈ ਕਿਸ ਤਰ੍ਹਾਂ ਦੇ ਨਾਲ ਡੀਲਿੰਗ ਹੋਈ ਤੇ ਉਹ ਡੀਲਿੰਗ ਕਿੱਥੇ ਜਾ ਕੇ ਮੁੱਕਦੀ ਆ ਡੀਲਿੰਗ ਤਾਂ ਸਾਡੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਸੰਧੂ ਸ਼ਹੀਦ ਜੋ ਅੱਜ ਸਾਡੇ ਵਿੱਚ ਨਹੀਂ ਹੈ ਉਹਨਾਂ ਨਾਲ ਜਾ ਕੇ ਗੱਲਬਾਤ ਹੁੰਦੀ ਰਹੀ ਹੈ ਉਹਨਾਂ ਨੂੰ ਲਿਜਾਂਦੇ ਰਹੇ ਆ ਗੱਲਬਾਤ ਕਰਨ ਵਾਸਤੇ ਜਹਾਜ਼ ਤੋਂ ਬਾਹਰ ਜਾਂਦੇ ਜਹਾਜ਼ ਤੋਂ ਬਾਹਰ ਜਾਂਦੇ ਰਹੇ ਗੱਡੀ 'ਚ ਲੈ ਕੇ ਜਾਂਦੇ ਰਹੇ ਅਤੇ ਗੱਲਬਾਤ ਵਿੱਚ ਉਹਨਾਂ ਨੇ ਇਹ ਮੰਨਿਆ ਵੀ ਤੁਹਾਨੂੰ ਤੁਹਾਡੀਆਂ ਜਿਹੜੀਆਂ ਮੰਗਾਂ ਸੀ ਮੰਨ ਲਵਾਂਗੇ ਦਰਬਾਰ ਸਾਹਿਬ ਤੋਂ ਫੌਜ ਬਾਹਰ ਕੱਢਣ ਦੀ ਸਾਡੀ ਮੰਗ ਸੀ ਅਤੇ ਐਜ਼ ਏ ਪੋਲੀਟੀਕਲ ਐਜ਼ਾਇਲਮ ਸਾਨੂੰ ਅਮਰੀਕਾ 'ਚ ਦਿੱਤੀ ਜਾਵੇ ਪਨਾਹ ਦਿੱਤੀ ਜਾਵੇ ਰਾਜਨੀਤਿਕ ਸ਼ਰਮ ਅਤੇ ਉਹ ਕਹਿੰਦੇ ਤੁਹਾਡੀਆਂ ਮੰਗਾਂ ਅਸੀਂ ਮੰਨ ਲੈਂਦੇ ਹਾਂ ਕੋਈ ਨਹੀਂ ਤੁਸੀਂ ਸਵਾਰੀਆਂ ਨੂੰ ਛੱਡੋ ਤੋ ਇਹ ਗੱਲਬਾਤ ਦਾ ਅਸੀਂ ਉਹਨਾਂ 'ਤੇ ਭਰੋਸਾ ਕਰਕੇ ਸਵਾਰੀਆਂ ਨੂੰ ਛੱਡਿਆ ਉੱਥੇ ਸਾਰਿਆਂ ਨੂੰ ਅਤੇ ਫਿਰ ਉਹ ਸਾਨੂੰ ਉੱਥੇ 7 ਦਿਨ ਉੱਥੇ ਉਹਨਾਂ ਨੇ ਆਪਣੇ ਕਬਜ਼ੇ 'ਚ ਰੱਖਿਆ ਦੁਬਈ ਦੇ ਵਿੱਚ ਤੁਸੀਂ ਸਵਾਰੀਆਂ ਛੱਡ ਦਿੱਤੀਆਂ ਸੀ ਸਹੀ ਸਲਾਮਤ ਸੀ ਸਵਾਰੀਆਂ ਸਾਰੀਆਂ ਸਾਰੀਆਂ ਸਲਾਮਤ ਸੀ ਕੋਈ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਅਤੇ ਉਸ ਤੋਂ ਬਾਅਦ 7 ਦਿਨ ਤੁਹਾਨੂੰ ਰੱਖਿਆ ਗਿਆ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਬਣਦਾ ਜਹਾਜ਼ ਗਵਰਨਮੈਂਟ ਦੇ ਵੱਲੋਂ ਬਚਾ ਲਿਆ ਜਾਂਦਾ ਤੁਹਾਨੂੰ ਭਰੋਸਾ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਸਾਡੇ ਬਕਾਇਦਾ ਪਾਸਪੋਰਟ ਬਣਾਏ ਜਾਂਦੇ ਨੇ ਅਮਰੀਕਾ ਜਾਣ ਦੇ ਹਾਂਜੀ ਅਤੇ ਸਾਨੂੰ ਭਰੋਸਾ ਦਵਾਇਆ ਜਾਂਦਾ ਵੀ ਤੁਹਾਡੇ ਨਾਲ ਕੋਈ ਧੋਖੇਬਾਜ਼ੀ ਨਹੀਂ ਹੋਏਗੀ ਲੇਕਿਨ ਇੰਡੀਅਨ ਗਵਰਨਮੈਂਟ ਦੇ ਦਬਾਅ ਕਰਕੇ ਜਾਂ ਪਤਾ ਨਹੀਂ ਹੁਣ ਉਹਨਾਂ ਦੇ ਕੀ ਕਾਰਨ ਰਹੇ ਹੋਣਗੇ ਸਾਡੇ ਨਾਲ ਉਹਨਾਂ ਨੇ ਧੋਖਾ ਕੀਤਾ ਦੁਬਈ ਗਵਰਨਮੈਂਟ ਨੇ ਸਾਨੂੰ ਇਹ ਕਹਿ ਕੇ ਜਹਾਜ਼ ਚੜ੍ਹਾਇਆ ਕਿ ਤੁਹਾਨੂੰ ਅਮਰੀਕਾ ਲੈ ਕੇ ਜਾ ਰਹੇ ਹਾਂ ਪਰ ਜਦੋਂ ਸਾਨੂੰ ਜਹਾਜ਼ ਦੇ ਵਿੱਚ ਬਿਠਾਇਆ ਗਿਆ ਉਸ ਤੋਂ ਬਾਅਦ ਅਸੀਂ ਦੇਖਿਆ ਵੀ 20-25 ਕਮਾਂਡੋ ਜਿਹੜੇ ਆ ਉਹ ਸਾਡੇ ਨਾਲ ਆ ਕੇ ਇੰਡੀਅਨ ਗਵਰਨਮੈਂਟ ਦੇ ਉਹ ਸਭ ਦੇ ਨਾਲ ਆ ਕੇ ਬਹਿ ਗਏ ਅਰੈਸਟ ਹੋ ਚੁੱਕੇ ਸੀ ਅਰੈਸਟ ਹੋ ਚੁੱਕੇ ਸੀ ਉਸ ਤੋਂ ਬਾਅਦ ਮਨ ਦੇ ਵਿੱਚ ਉੱਥੇ ਫਿਰ ਅਸੀਂ ਸਾਨੂੰ ਥੋੜ੍ਹਾ ਖਦਸ਼ਾ ਹੋਇਆ ਵੀ ਇਹ ਤਾਂ ਇੰਡੀਅਨ ਗਵਰਨਮੈਂਟ ਦੇ ਬੰਦੇ ਲੱਗਦੇ ਨੇ ਉੱਥੇ ਫਿਰ ਅਸੀਂ ਨਾਅਰੇ ਲਾਉਣੇ ਸ਼ੁਰੂ ਕੀਤੇ ਖਾਲਿਸਤਾਨ ਜਿੰਦਾਬਾਦ ਥੋੜ੍ਹਾ ਪ੍ਰਘਾਟ 'ਚ ਆਏ ਉਹਨਾਂ ਨੇ ਸਾਨੂੰ ਉੱਥੇ ਦਬੋਚ ਲਿਆ ਸੀ ਕੁੱਟਮਾਰ ਵੀ ਕੀਤੀ ਕੁੱਟਮਾਰ ਵੀ ਕੀਤੀ ਹੈ ਅਤੇ ਫਿਰ ਉਹ ਸਾਨੂੰ ਬੰਨ ਕੇ ਪਿੱਛੇ ਹੱਥ ਅਤੇ ਉੱਥੇ ਸੀਟਾਂ ਨਾਲ ਹੀ ਬੰਨ ਲਿਆ ਕਿੰਨੀ ਤਰੀਕ ਨੂੰ ਅਰੈਸਟ ਪੈਂਦੀ ਹੈ ਤੁਹਾਡੀ 25 ਤਰੀਕ ਨੂੰ ਇਤਿਹਾਸਕ ਕਦਮ ਚੁੱਕਿਆ ਜਾਂਦਾ ਹੈ ਹਾਈਜੈਕ ਕੀਤਾ ਜਾਂਦਾ 24 ਅਗਸਤ ਨੂੰ 24 ਅਗਸਤ ਨੂੰ ਹੈ ਤਾਂ ਹਫ਼ਤਾ ਕੁ ਬਾਅਦ ਦੀ ਗੱਲ ਹੈ ਹਾਂਜੀ ਅਤੇ ਪੈਸੇਂਜਰ ਕਿੰਨੇ ਟਾਈਮ ਬਾਅਦ ਛੱਡੇ ਜਾਂਦੇ ਨੇ ਪੈਸੇਂਜਰ ਤਾਂ ਉਦੋਂ ਹੀ ਛੱਡਦੇ ਸੀ ਅਸੀਂ ਇੱਕ ਦਿਨ ਬਾਅਦ ਹਾਂਜੀ ਹਾਂਜੀ ਅਤੇ ਉਸ ਤੋਂ ਬਾਅਦ ਤੁਹਾਨੂੰ ਭਾਰਤ ਲਿਆਂਦਾ ਗਿਆ ਹਾਂ ਉਸ ਤੋਂ ਬਾਅਦ ਸਾਨੂੰ ਇੰਡੀਆ ਲਿਆ ਕੇ ਇੱਥੇ ਦਿੱਲੀ ਅੱਖਾਂ ਬੰਨ ਕੇ ਪਿੱਛੇ ਹੱਥ ਬੰਨ ਕੇ ਬਸ ਜਿਵੇਂ ਟਰੱਕਾਂ 'ਚ ਬੋਰੀਆਂ ਮਾਰੀ ਦੀਆਂ ਬਘਾਵਾ ਆ ਕੇ ਐਵੇਂ ਇਸ 'ਤੇ ਮਾਰਿਆ ਬਸ ਫਿਰ ਉਹ ਕਿਤੇ ਇਹਨਾਂ ਨੇ ਲਾਲ ਕਿਲੇ 'ਚ ਮੇਰਾ ਖਿਆਲ ਹੈ ਨਹੀਂ ਤਾਂ ਇੰਟਰੋਗੇਸ਼ਨ ਸੈੱਲ ਹਨ ਇਹਨਾਂ ਦੇ ਬਣੇ ਹੋਏ ਉੱਥੇ ਸਾਨੂੰ ਰੱਖਿਆ ਉਹਨਾਂ ਨੇ ਰਾਤ ਅਤੇ ਸਵੇਰੇ ਫਿਰ ਜਹਾਜ਼ 'ਤੇ ਚੜ੍ਹਾ ਕੇ ਫਿਰ ਇੱਥੇ ਚੰਡੀਗੜ੍ਹ ਲੈ ਕੇ ਆਏ ਇੱਥੋਂ ਰਿਮਾਂਡ ਲੈ ਕੇ ਜੱਜ ਕੋਲੋਂ ਫਿਰ ਸਾਨੂੰ ਵਾਪਸ ਉੱਥੇ ਦਿੱਲੀ ਉੱਥੇ ਮਹੀਨਾ ਕੁ ਅਸੀਂ ਰਿਮਾਂਡ 'ਤੇ ਰਹੇ ਹਾਂ ਜੀ ਕੁੱਟਮਾਰ ਹੋਈ ਕੁੱਟਮਾਰ ਤਾਂ ਫਿਰ ਹੋਣੀ ਹੈ ਹਾਂਜੀ ਹਾਂਜੀ ਉਹ ਦਰਅਸਲ ਜਿਸਮਾਨੀ ਕੁੱਟਮਾਰ ਤੋਂ ਨਾਲੋਂ ਜ਼ਿਆਦਾ ਉਹ ਮੈਂਟਲੀ ਤੌਰ 'ਤੇ ਬੰਦੇ ਨੂੰ ਜ਼ਿਆਦਾ ਟੋਰਚਰ ਕਰਦੇ CBI ਵਾਲੇ ਤੁਹਾਨੂੰ ਪਤਾ ਹਾਂਜੀ ਅਤੇ ਭਾਈ ਸਾਹਿਬ ਏਜ ਕਿੰਨੀ ਸੀ ਸਾਰਾ ਕਹਾਣੀ ਸਾਰਾ ਘਟਨਾਕ੍ਰਮ ਦੱਸਦੇ ਹੋ ਕਿ ਕਿੱਦਾਂ ਨੌਜਵਾਨਾਂ ਦੇ ਵੱਲੋਂ ਰੋਹ ਦੇ ਵਿੱਚ ਆ ਕੇ ਜਹਾਜ਼ ਹਾਈਜੈਕ ਕਰ ਲਿਆ ਜਾਂਦਾ ਏਜ ਕਿੰਨੀ ਸੀ ਭਾਈ ਤੇਜਿੰਦਰ ਸਿੰਘ ਹਾਈਜੈਕ ਕਰਦੇ ਏਜ ਮੇਰੀ ਉਦੋਂ 20 ਸਾਲ ਦੀ ਸੀਗੀ ਹਾਂਜੀ ਇੰਨੀ ਛੋਟੀ ਜੀ ਉਸ ਤੋਂ ਬਾਅਦ 12 ਸਾਲ ਅਸੀਂ ਰਹੇ ਹਾਂ ਰਾਜਸਥਾਨ ਜੇਲ੍ਹ 'ਚ ਅਜਮੇਰ ਜੇਲ੍ਹ 'ਚ 1 ਸਾਲ ਜੇਲ੍ਹ ਜੋਧਪੁਰ ਜੇਲ੍ਹ ਵੀ ਕੱਟਿਆ 6 ਕੁ ਮਹੀਨੇ ਇੱਥੇ ਚੰਡੀਗੜ੍ਹ ਜੇਲ੍ਹ ਵੀ ਲਾਏ 20 ਸਾਲ ਦੀ ਇੱਕ ਚੜ੍ਹਦੀ ਜਵਾਨੀ ਦੇ ਵਿੱਚ ਐਡਾ ਵੱਡਾ ਕਾਰਨਾਮਾ ਮਤਲਬ ਇੰਡੀਅਨ ਸਟੇਟ ਨੂੰ ਸਿੱਧਾ ਹੀ ਕਹਿ ਲਓ ਕਿ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਇੰਨਾ ਰੋਹ ਉਸ ਸਮੇਂ ਦੇ ਨੌਜਵਾਨ ਦੇ ਵਿੱਚ ਦੇਖੋ ਜਿੱਥੇ ਗੱਲ ਆ ਜੇ ਸਾਡੇ ਧਰਮ ਦੀ
श्री हरिमंदर साहब ते जो हमला होया है वो साड़ी रूह ते हमला एक तरह का साड़ी आस्था ते धर्म ते हमला और जेड़ा भी कौमी दर्द रखता है अपने मन अंदर उन गुस्सा आना लाजमी है जेड़ा गुस्सा नहीं आता थानू तत फिर असी साढ़े दिल से ज्यादा मतलब है नहीं कौमी दर्द कोई नहीं ओदा ही सिट्टा है कि अज असी सब कुछ कर करा के महाराज की चलो कृपा रही है कि असी सही सलामत हाँ। फिर किन्ने साल जेल दे विच चलाउणा पिया थोनू अपनी जिंदगी दे किन्ने कीमती साल असी 84 तो लैके मुड़ के 96 च बाहर आए 12-13 साल है जिहड़े उस राजस्थान दी अजमेर जेल च रहे हैं एक साल जोधपुर जेल रहे हैं 6 महीने इत्थे चंडीगढ़ जेल भी कट्टे है ਤੁਸੀਂ ਕੌਮ ਦੇ ਲਈ ਸੰਘਰਸ਼ ਕੀਤਾ ਕੌਮ ਦੇ ਉੱਪਰ ਹੋਏ ਹਮਲੇ ਦਾ ਰੋਸ ਜ਼ਾਹਿਰ ਕਰਨ ਦੇ ਲਈ ਜਹਾਜ਼ ਹਾਈਜੈਕ ਕਰਕੇ ਲੈ ਗਏ ਕੌਮ ਨੂੰ ਬੜੀ ਵੱਡੀ ਤੁਹਾਡੇ ਦੇਣ ਕਹਿ ਸਕਦੇ ਹਾਂ ਕਿ ਕੌਮ ਦੇ ਉੱਪਰ ਤੁਸੀਂ ਨੇ ਕੀਤਾ ਕੌਮ ਨੇ ਦਿੱਤਾ ਕੁਛ ਕੌਮ ਦੇ ਸਹਿਯੋਗ ਤੋਂ ਸੰਤੁਸ਼ਟ ਨੇ ਭਾਈ ਤੇਜਿੰਦਰ ਸਿੰਘ ਅੱਜ 40 ਸਾਲ ਉਸ ਘਟਨਾ ਨੂੰ ਹੋ ਚੁੱਕੇ ਨੇ ਸੰਤੁਸ਼ਟ ਸੰਤੁਸ਼ਟੀ ਤਾਂ ਮਹਾਰਾਜ ਕਹਿੰਦੇ ਆ ਦੁਨੀਆ ਦਾ ਰਾਜ ਲੈ ਕੇ ਵੀ ਨਹੀਂ ਬੰਦੇ ਨੇ ਨਹੀਂ ਆਉਂਦੀ ਸੰਤੁਸ਼ਟੀ ਤਾਂ ਜਿਹੜੇ ਹੈ ਸਬਰ ਸੰਤੋਖ ਨਾਲ ਹੀ ਹੋਣੀ ਬੰਦੇ ਦੀ ਬਾਕੀ ਕਿਸੇ ਦੁਆਰਾ ਪੁੱਛ ਪੜਤਾਲ ਨੈਵਰ ਕਦੇ ਨਹੀਂ ਉਹ ਇੱਛਾ ਵੀ ਕੋਈ ਨਹੀਂ ਸਾਨੂੰ ਕਿ ਨਹੀਂ ਕਿਤੇ ਨਾ ਸਹੀ ਕੋਈ ਗੱਲ ਨਹੀਂ ਅਸੀਂ ਕੌਮੀ ਦਰਦ ਲੈ ਕੇ ਤੁਰੇ ਸੀ ਉਹਦੇ 'ਚ ਅਸੀਂ ਚਲੋ ਜਿੰਨਾ ਕੁ ਸਫਲ ਹੋਏ ਹਾਂ ਪਰ ਇਹ ਰਹਿੰਦਾ ਜ਼ਰੂਰ ਹੈ ਕਿ ਇਸ ਕੌਮ ਨੂੰ ਇੰਨਾ ਸਾਡੇ ਵਰਗੇ ਯੋਧਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਸਿਰਮੌਰ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਪੰਥਕ ਜਥੇਬੰਦੀਆਂ ਨੇ ਤੁਸੀਂ ਖਾੜਕੂ ਸਿੰਘ ਹੋ ਕੇ 19-20 ਸਾਲ ਦੀ ਏਜ ਦੇ ਵਿੱਚ ਐਡਾ ਵੱਡਾ ਕਾਰਨਾਮਾ ਕਰਕੇ ਉਸ ਤੋਂ ਬਾਅਦ ਕਾਫੀ ਐਸੇ ਨੇ ਉਹ ਵੀ ਇਲਜ਼ਾਮਬਾਜ਼ੀ ਇਸੇ ਤਰ੍ਹਾਂ ਕਰਦੇ ਨੇ ਕਿ ਨਹੀਂ ਕੌਮ ਦੇ ਲਈ ਬਹੁਤ ਕੁਛ ਕੀਤਾ ਪਰ ਕੌਮ ਨੇ ਨਹੀਂ ਦਿੱਤਾ ਦਰਦ ਹੁੰਦਾ ਕਿ ਯਾਰ ਚੰਗੀਆਂ ਜ਼ਿੰਦਗੀਆਂ ਜਿਉਂ ਰਹੇ ਸੀ ਚੰਗਾ ਲਾਈਫ ਆਪਣੀ ਜਿਉਂ ਰਹੇ ਸੀ ਜੇਕਰ ਨਾ ਕਰਦੇ ਹੋ ਸਕਦਾ ਕਿ ਨੋਰਮਲ ਤਰੀਕੇ ਨਾਲ ਅਸੀਂ ਵੀ ਆਪਣਾ ਖੁਸ਼ੀ ਖੁਸ਼ੀ ਪਰਿਵਾਰਾਂ ਦੇ ਵਿੱਚ ਰਹਿੰਦੇ ਉਹ ਤਾਂ ਹੈ ਹੀ ਆ ਜੀ ਪਰਿਵਾਰਾਂ ਵਿੱਚ ਰਹਿੰਦੇ ਪਰ ਹਾਲਾਂਕਿ ਮੇਰੀ ਬਾਅਦ 'ਚ ਨੌਕਰੀ ਦੀ ਜਿਹੜੀ ਲੱਗ ਗਈ ਸੀ ਉਹ ਮੈਨੂੰ ਅਪੁਆਇੰਟਮੈਂਟ ਲੈਟਰ ਆ ਚੁੱਕੀ ਸੀ ਮੈਂ ਇੰਟਰਵਿਊ ਦੇ ਕੇ ਆਇਆ ਸੀ 3 ਸਾਲ ਦਾ ਮੈਂ ਕੋਰਸ ਕੀਤਾ ਪ੍ਰਿੰਟਿੰਗ ਪ੍ਰੈਸ 'ਚ ਐਜ਼ ਏ ਮੋਨੋ ਓਪਰੇਟਰ ਉਹਦੀ ਜੁਆਇਨਿੰਗ ਲੈਟਰ ਮੈਨੂੰ ਆ ਚੁੱਕੀ ਸੀ ਬਾਅਦ 'ਚ ਆਈ ਜਦੋਂ ਮੈਂ ਚਲਾ ਗਿਆ ਜਦੋਂ ਤੁਸੀਂ ਇਹ ਕਾਰਨਾਮਾ ਜਿਹੜਾ ਕਰ ਦਿੱਤਾ ਹਾਂਜੀ ਹਾਂਜੀ ਉਸ ਤੋਂ ਬਾਅਦ ਜੁਆਇਨ ਲੈਟਰ ਮੈਨੂੰ ਆਉਂਦੀ ਹੈ ਪਰ ਇਹ ਕੋਈ ਮਲਾਲ ਨਹੀਂ ਹੈ ਦਿਲ 'ਚ ਜੋ ਮਹਾਰਾਜ ਨੇ ਲਿਖਿਆ ਉਹ ਹੋ ਕੇ ਰਹਿਣਾ ਕੋਈ ਮਲਾਲ ਨਹੀਂ ਆਪਣੇ ਦਿਲ 'ਚ ਬਾਕੀ ਜੋ ਕੌਮ ਲਈ ਕੀਤਾ ਉਹ ਤਾਂ ਸਾਨੂੰ ਬਿਲਕੁਲ ਮਾਣ ਹੈ ਸਾਨੂੰ ਆਪਣੇ ਮਾਂ ਬਾਪ 'ਤੇ ਵੀ ਮਾਣ ਹੈ ਜਿਨ੍ਹਾਂ ਨੇ ਪਰਿਵਾਰ 'ਤੇ ਜਿਨ੍ਹਾਂ ਨੇ ਸਾਡਾ ਬਿਲਕੁਲ ਸਾਥ ਦਿੱਤਾ ਹਮੇਸ਼ਾ ਅਤੇ ਸਿੰਘ ਸਾਹਿਬ 7 ਸਿੰਘਾਂ ਦੇ ਵੱਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਕਿੰਨੇ ਸਿੰਘ ਇਸ ਟਾਈਮ ਮੌਜੂਦ ਨੇ ਅਤੇ ਕਿੱਥੇ ਦੇ ਉਹ ਪੰਜਾਬ ਦੇ ਨਾਲ ਹੀ ਸੰਬੰਧਿਤ ਸੀ ਸਾਰੇ ਨੌਜਵਾਨ ਸਾਡੇ ਮੁੱਖ ਆਗੂ ਸੀ ਜਿਹੜੇ ਭਾਈ ਕਮਲਜੀਤ ਸਿੰਘ ਜੀ ਉਹ ਤਾਂ ਫਿਰੋਜ਼ਪੁਰ ਤੋਂ ਬਿਲੋਂਗ ਕਰਦੇ ਸੀ ਉਹ ਸਾਨੂੰ ਪੈਰੋਲ ਮਿਲੀ ਸੀ ਸੁਪਰੀਮ ਕੋਰਟ ਵੱਲੋਂ 1 ਮਹੀਨੇ ਦੀ ਉਸ ਪੈਰੋਲ ਦੌਰਾਨ ਹੀ ਉਹਨਾਂ ਦੀ ਗੌਰਮੈਂਟ ਵੱਲੋਂ ਜਿਹੜੀ ਆ ਉਹ ਹੱਤਿਆ ਕਰ ਦਿੱਤੀ ਜਾਂਦੀ ਹੈ ਉਹਨਾਂ ਦੀ ਲਾਸ਼ ਜਿਹੜੀ ਆ ਉਹ ਗੰਗਾਨਗਰ ਨਹਿਰ 'ਚੋਂ ਮਿਲਦੀ ਹੈ ਔਰ ਬਹੁਤ ਬੁਰੇ ਤਰੀਕੇ ਨਾਲ ਉਹਨਾਂ ਨੂੰ ਟੋਰਚਰ ਕਰਕੇ ਮਾਰਿਆ ਗਿਆ ਹਾਂਜੀ ਬਾਕੀ 6 ਸਿੰਘ ਜਿਹੜੇ ਹੈ ਉਹ ਐਟ ਪ੍ਰੈਜੈਂਟ ਹੈਗੇ ਆ ਇੱਕ ਸੋਹਾਣੇ ਦੇ ਭਾਈ ਮਾਨ ਸਿੰਘ ਜੀ ਇੱਕ ਭਾਈ ਸੁਰਿੰਦਰ ਸਿੰਘ ਜੀ ਹੈ ਭਾਈ ਅਵਤਾਰ ਸਿੰਘ ਜੀ ਭਾਈ ਦਵਿੰਦਰ ਸਿੰਘ ਜੀ ਭਾਈ ਅਮਰਿੰਦਰ ਸਿੰਘ ਜੀ ਜਿਨ੍ਹਾਂ ਨੇ ਇਲੈਕਸ਼ਨ ਵੀ ਲੜੀ ਸੀ ਸ਼੍ਰੋਮਣੀ ਕਮੇਟੀ ਦੀ ਅੱਜ ਕੱਲ੍ਹ ਚੰਡੀਗੜ੍ਹ ਹੀ ਰਹਿੰਦੇ ਨੇ ਹਾਂਜੀ ਅਤੇ ਸਮਾਪਤੀ ਵੱਲ ਮੈਂ ਜਾਣਾ ਚਾਹੂੰਗਾ ਉਹਨਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕਿਉਂਕਿ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਉਸ ਵਡਭਾਗੇ ਟੈਂਟ ਦੇ ਵਿੱਚ ਬੈਠ ਕੇ ਕਰ ਰਹੇ ਹਾਂ ਇੰਟਰਵਿਊ ਜਿੱਥੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਪਿਤਾ ਜੀ ਜਿਹੜੇ ਨੇ ਇੱਥੇ ਆਰਾਮ ਕਰਦੇ ਨੇ ਉੱਥੇ ਬੈਠਦੇ ਹਾਂ ਉਸੇ ਟੈਂਟ ਦੇ ਵਿੱਚ ਬੈਠ ਕੇ ਕੀ ਸੰਦੇਸ਼ ਆ ਨੌਜਵਾਨਾਂ ਨੂੰ ਕੌਮੀ ਇਨਸਾਫ਼ ਮੋਰਚੇ ਦੇ ਲਈ ਕਿਉਂਕਿ ਸੰਘਰਸ਼ ਤਾਂ ਅੱਜ ਵੀ ਚੱਲ ਰਿਹਾ ਮੈਂ ਇਸ ਧਰਤੀ ਨੂੰ ਪ੍ਰਣਾਮ ਕਰਦਾ ਮੈਂ ਆਪਣਾ ਆਪ ਨੂੰ ਸੁਭਾਗਾ ਸਮਝਦਾ ਕਿ ਉਸ ਜਗ੍ਹਾ 'ਤੇ ਮੈਂ ਬਹਿ ਕੇ ਜਿੱਥੇ ਭਾਈ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਦੇ ਪਿਤਾ ਜੀ ਭਾਈ ਬਾਪੂ ਗੁਰਚਰਨ ਸਿੰਘ ਜੀ ਦੀ
ਜਿਹਦਾ ਡੇਰਾ ਹੈ। ਔਰ ਮੈਂ ਕੌਮ ਨੂੰ ਇਹ ਸੰਦੇਸ਼ ਹੈ ਕਿ ਕੁਰਬਾਨੀਆਂ ਲਾਜ਼ਮ ਨੇ ਕਿਸੇ ਕੌਮ ਦੇ ਜੀਵਨ ਲਈ, ਮੁਰਦਾਰ ਕੌਮਾਂ ਦੇ ਕਦੇ ਇਤਿਹਾਸ ਨਹੀਂ ਬਣਦੇ। ਸੋ ਵੱਡੀਆਂ ਗੱਲਾਂ ਸਿੰਘ ਸਾਹਿਬ ਭਾਈ ਤਜਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਕਿ ਆਖਿਰਕਾਰ ਸਿੱਖ ਜਵਾਨੀ ਦਾ ਰੋਹ ਦਿਖਾਉਣ ਦੇ ਲਈ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੇ ਵੱਲੋਂ ਵੱਡੇ ਐਕਸ਼ਨ ਜਿਹੜੇ ਨੇ ਕੀਤੇ ਜਾਂਦੇ ਨੇ। ਕੋਈ ਇਲਮ ਨਹੀਂ, ਕੋਈ ਪਛਤਾਵਾ ਨਹੀਂ ਕਿ ਜੇਕਰ ਕੌਮ ਦੇ ਲਈ ਕੁਝ ਕੀਤਾ ਤਾਂ ਕੌਮ ਨੇ ਸਾਡੇ ਲਈ ਕੀ ਕੀਤਾ। ਕੌਮ ਚੜ੍ਹਦੀ ਕਲਾ ਦੇ ਵਿੱਚ ਰਹੇ, ਇਸੇ ਤਰ੍ਹਾਂ ਦੀਆਂ ਗੱਲਾਂ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਅਤੇ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਗਿਆ ਕਿ ਸਾਹਿਬ ਸ਼੍ਰੀ ਗੁਰੂ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਪਰ ਹੋਏ ਹਮਲੇ ਦਾ ਬਦਲਾ ਲੈਣ ਦੇ ਲਈ ਅਤੇ ਆਪਣਾ ਰੋਸ ਭਾਰਤ ਸਰਕਾਰ ਦੇ ਖਿਲਾਫ ਜ਼ਾਹਿਰ ਕਰਨ ਦੇ ਲਈ ਉਹਨਾਂ ਦੇ ਵੱਲੋਂ ਕਾਰਵਾਈ ਅੰਜਾਮ ਦਿੱਤੀ ਗਈ ਆ। ਨੌਜਵਾਨੀ ਨੂੰ ਕੁਰਬਾਨੀਆਂ ਲਗਾਤਾਰ ਕੌਮ ਦੇ ਲਈ ਕਰਨ ਦੀ ਸੁਨੇਹਾ ਦਿੱਤਾ ਗਿਆ ਕਿ ਜਿਹੜੀਆਂ ਕੌਮਾਂ ਕੁਰਬਾਨੀਆਂ ਨਹੀਂ ਕਰਦੀਆਂ, ਜਿਹੜੀਆਂ ਕੌਮਾਂ ਸੰਘਰਸ਼ ਨਹੀਂ ਕਰਦੀਆਂ, ਉਹ ਕਦੇ ਜਿਉਂਦੀਆਂ ਨਹੀਂ ਰਹਿ ਸਕਦੀਆਂ ਜੀ। ਔਰ ਮੈਂ ਇੱਕ ਬੇਨਤੀ ਕਰਾਂਗਾ ਸਿੱਖ ਸੰਗਤ ਨੂੰ ਕਿ ਲੰਮੇ ਸਮੇਂ ਤੋਂ ਬੰਦ ਜੋ ਜੇਲ੍ਹਾਂ ਵਿੱਚ ਸਾਡੇ ਵੀਰ ਬੰਦ ਨੇ, ਉਹਨਾਂ ਲਈ ਸੰਘਰਸ਼ ਕਰਨ ਦਾ ਇਹ ਵੇਲਾ ਹੈ। ਕੌਮੀ ਇਨਸਾਫ ਮੋਰਚੇ ਵੱਲੋਂ ਜੇ ਮੋਰਚਾ ਲਗਾਇਆ ਗਿਆ ਹੈ, ਤੁਸੀਂ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੋ ਅਤੇ ਆਪਣਾ ਕੌਮੀ ਫਰਜ਼ ਪਛਾਣੋ ਤਾਂ ਜੋ ਉਹਨਾਂ ਸਿੰਘਾਂ ਨੂੰ ਆਪਾਂ ਬਾਹਰ ਲਿਆਂਦਾ ਜਾ ਸਕੇ। ਸੋ ਇੱਕ ਸੰਘਰਸ਼ੀ ਦੇ ਵੱਲੋਂ ਦੂਜੇ ਸੰਘਰਸ਼ੀ ਨੂੰ ਵੀ ਦੂਜੇ ਸੰਘਰਸ਼ੀਆਂ ਦੇ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਹੁਣ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚ ਕੇ ਆਪਣੀ ਕਹਾਣੀ ਜਾਂ ਆਪਣਾ ਸੰਘਰਸ਼ ਸੰਗਤ ਦੇ ਸਾਹਮਣੇ ਰੱਖਿਆ ਗਿਆ ਅਤੇ ਸੰਘਰਸ਼ ਦੀ ਹਮਾਇਤ ਕਰਨ ਦੀ ਬੇਨਤੀ ਵੀ ਜਿਹੜੀ ਆ ਭਾਈ ਤਜਿੰਦਰ ਸਿੰਘ ਜੀ ਖਾਲਸਾ ਹਾਈਜੈਕਰ ਦੇ ਵੱਲੋਂ ਕੀਤੀ ਗਈ ਆ। ਕੈਮਰਾਮੈਨ ਸਾਥੀ ਮਨਿੰਦਰ ਸਿੰਘ ਦੇ ਨਾਲ ਸੰਸਾਰਦੀਪ ਸਿੰਘ, RMB ਟੈਲੀਵਿਜ਼ਨ, ਕੌਮੀ ਇਨਸਾਫ ਮੋਰਚਾ।